ਲੜਾਈ ਕਦੋਂ ਹੋਈ? ਬੰਦਾ ਮਾਰਦੇ ਹੋਏ ਹੱਥ ਨਹੀਂ ਕੰਬਦੇ? ਦੁਸ਼ਮਣੀ ਸਿਆਣੇ ਦੀ ਕਹਾਵਤ ਹੈ, ਜਿੰਨੀ ਪੁਰਾਣੀ ਹੁੰਦੀ ਹੈ ਉਨੀ ਤਾਜ਼ਾ ਹੁੰਦੀ ਜਾਂਦੀ ਹੈ। ਦੁਸ਼ਮਣੀ ਸਾਨੂੰ ਲੋਕ ਦੂਰੋਂ ਪਛਾਣਨ, ਵੀ ਨਰਨ ਲੋਕ, ਹਾਂ ਵੀ ਨਰੂਆਣਾ ਆਉਂਦਾ। ਇਹ ਇੱਕ ਦਲਦਲ ਹੈ, ਇਹਦੇ ਵਿੱਚ ਅੱਗੇ ਵੱਲ ਦਾ ਰਸਤਾ ਹੈ, ਪਿੱਛੇ ਵੱਲ ਦਾ ਰਸਤਾ ਹੈ ਨਹੀਂ। ਮਾਰਨਾ ਹੱਲ ਨਹੀਂ ਨਾ ਇਸ ਗੱਲ ਦਾ। ਵਿੱਕੀ ਗੌਂਡਰ ਨੂੰ ਵੀ ਮਾਰਿਆ, ਉਹ ਵੀ ਹੱਲ ਨਹੀਂ ਸੀ ਤੁਹਾਨੂੰ ਲੱਗਦਾ? ਤੁਹਾਡੇ ਨਾਲ ਕਿਹਾ ਜਾਂਦਾ ਕਿ ਉਹ ਐਂਟੀ ਗਰੁੱਪ ਸੀਗਾ, ਗੈਂਗ ਵਾਰਾਂ ਨੇ, ਤੁਹਾਡੀਆਂ ਆਪਸੀ ਦੁਸ਼ਮਣੀਆਂ ਨੇ, ਪੰਜਾਬ ਬਹੁਤ ਸੰਤਾਪ ਚੱਲ ਰਿਹਾ। ਉਹਨਾਂ ਨੂੰ ਅਸੀਂ ਮੈਸੇਜ ਲਾ ਤੇ ਜੀ ਵੀ ਸੁਧਰਨਾ, ਸੁਧਰ ਜਾਓ, ਨਹੀਂ ਫਿਰ ਅਸੀਂ ਆਪਦੇ ਹਿਸਾਬ ਨਾਲ ਸੁਧਾਰ ਕੇ ਉਹਨਾਂ ਨੂੰ ਸਿਸਟਮ 'ਚ ਲਿਆਵਾਂਗੇ ਜੀ। ਅਸੀਂ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਕਿਤੇ ਜ਼ਿੰਦਗੀ 'ਚ ਕਰਿਆ। ਜੋ ਕਿਸੇ ਨਾਲ ਧੱਕਾ ਹੁੰਦਾ, ਧੱਕੇ ਵਾਲੇ ਦੇ ਨਾਲ ਖੜੀਦੇ। ਇਹ ਗੈਂਗਸਟਰ ਵਾਲਿਆਂ ਤਾਂ ਗੱਲਾਂ ਹੈਗੀਆਂ ਫਜ਼ੂਲ। ਕੋਈ ਤੁਸੀਂ ਰੀਅਲ ਹੀਰੋ ਬਣਨਾ ਚਾਹੁੰਦੇ ਹੋ, ਕੋਈ ਸਮਾਜ ਲਈ ਕੰਮ ਕਰਕੇ ਦਿਖਾਓ ਤੁਸੀਂ, ਫਿਰ ਤੁਸੀਂ ਰੀਅਲ ਲੋਕਾਂ ਦੇ ਹੀਰੋ ਬਣੋ। ਬਠਿੰਡਾ ਤੋਂ ਕੁਝ ਦੂਰੀ ਤੇ ਪੈਂਦਾ ਇਹ ਪਿੰਡ ਨਰੂਆਣਾ। ਇਹ ਪਿੰਡ ਉਸ ਨੌਜਵਾਨ ਕਰਕੇ ਮਸ਼ਹੂਰ ਹੋਇਆ ਜਿਸ ਨੇ ਦਹਿਸ਼ਤ ਦੀ ਦੁਨੀਆ ਦੀ ਨਵੀਂ ਇਬਾਰਤ ਲਿਖੀ। ਜ਼ੁਲਮ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣਿਆ ਤੇ ਇਲਾਕੇ ਤੇ ਰਾਜ ਕੀਤਾ। ਨਾਮ ਹੈ ਕੁਲਵੀਰ ਨਰੂਆਣਾ। ਕੁਲਵੀਰ ਦੀ ਇਲਾਕੇ ਵਿੱਚ ਦਹਿਸ਼ਤ ਹੈ, ਪਰ ਕੁਲਵੀਰ ਕਹਿੰਦਾ ਕਿ ਉਸਨੇ ਕਦੇ ਮਜ਼ਲੂਮ ਤੇ ਨਿਹੱਥੇ ਤੇ ਵਾਰ ਨਹੀਂ ਕੀਤਾ। ਆਮ ਲੋਕਾਂ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ ਹੈ। ਹਰ ਵੇਲੇ ਐਂਟੀ ਗੈਂਗ ਦੇ ਹਮਲੇ ਦਾ ਖੌਫ ਅਤੇ ਦੁਸ਼ਮਣ 'ਤੇ ਪੈਨੀ ਨਜ਼ਰ ਬਣਾਏ ਰੱਖਣ ਲਈ ਕੁਲਵੀਰ ਨਾਲ ਹਰ ਵੇਲੇ ਬੋਡੀਗਾਰਡ ਅਤੇ ਹਥਿਆਰਾਂ ਨਾਲ ਲੈਸ ਦੋਸਤ ਮਿੱਤਰ ਹੁੰਦੇ ਨੇ। ਘਰ ਦੇ ਚਾਰ ਚੁਫੇਰੇ ਦੂਰ ਦੂਰ ਤੱਕ ਨਜ਼ਰ ਬਣਾਏ ਇਹ ਸਾਥੀ ਕੁਲਵੀਰ ਦੇ ਹਰ ਵੇਲੇ ਪਰਛਾਵੇਂ ਦੀ ਤਰ੍ਹਾਂ ਨਾਲ ਰਹਿੰਦੇ ਨੇ। ਕੁਲਵੀਰ ਨੇ ਸਾਡੇ ਸਪੈਸ਼ਲ ਕੋਰਸਪੋਂਡੈਂਟ ਸਿਮਰਨਜੋਤ ਸਿੰਘ ਮੱਕੜ ਨਾਲ ਜ਼ੁਰਮ ਦੀ ਦੁਨੀਆ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਜੁਰਮ ਦੀ ਦੁਨੀਆ ਦੇ ਕਾਲੇ ਦੌਰ ਦਾ ਜੋ ਸੱਚ ਅੱਜ ਸੁਣਾਉਣ ਜਾ ਰਹੇ ਹਾਂ, ਉਸ ਨੂੰ ਸੁਣਨਾ ਲਾਜ਼ਮੀ ਹੈ। ਤੁਹਾਡੇ, ਮੇਰੇ ਅਤੇ ਹਰ ਉਸ ਪੰਜਾਬੀ ਦੇ ਨਾਲ ਜੁੜੀ ਦਾਸਤਾਨ ਅਤੇ ਕਹਾਣੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋਣਗੇ। ਕੁਲਵੀਰ ਨਰੂਆਣਾ ਪੰਜਾਬ ਦੇ ਬਠਿੰਡੇ ਦੇ ਨੇੜੇ ਪਿੰਡ ਨਰੂਆਣੇ ਦਾ ਉਹ ਨੌਜਵਾਨ ਜੋ ਜੁਰਮ ਦੀ ਦੁਨੀਆ ਤੋਂ ਮੁੱਖ ਧਾਰਾ ਦੇ ਵਿੱਚ ਵਾਪਸ ਆ ਰਿਹਾ ਹੈ, ਜਦੋਂ ਜਹਿਦ ਹੋ ਰਹੀ ਹੈ, ਗੱਲਬਾਤ ਕਰਦੇ ਹਾਂ। ਬਾਈ ਜੀ, ਸਤਿ ਸ਼੍ਰੀ ਅਕਾਲ। ਨਰੂਆਣੇ ਪਿੰਡ ਦਾ ਕੁਲਵੀਰ ਗੈਂਗਸਟਰ ਦੇ ਸਫ਼ਰ ਤੱਕ ਕਿਵੇਂ ਆ ਗਿਆ? ਦੇਖੋ ਜੀ, ਪਹਿਲਾਂ ਛੋਟੇ ਹੁੰਦੇ ਸਕੂਲਾਂ ਕਾਲਜਾਂ ਦੀਆਂ ਲੜਾਈਆਂ ਤੋਂ ਵੱਧਦੇ ਵੱਧਦੇ ਕਾਲਜਾਂ ਦੇ ਰੁਝਾਨ ਚਲੇ ਗਏ, ਲੜਾਈਆਂ ਵੱਲ ਚਲੇ ਗਏ। ਹੌਲੀ ਹੌਲੀ ਕਾਲਜਾਂ ਤੋਂ ਬਾਅਦ ਗਰੁੱਪਬਾਜ਼ੀਆਂ ਬਣਨ ਲੱਗ ਗਏ, ਉੱਥੋਂ ਸਿਸਟਮ ਹੌਲੀ ਹੌਲੀ ਵੱਧਦਾ ਚਲਾ ਗਿਆ। ਪਹਿਲੀ ਲੜਾਈ ਕਦੋਂ ਹੋਈ? ਪਹਿਲਾਂ ਜੀ ਸਕੂਲ ਦੇ ਵਿੱਚ ਸਾਡੀਆਂ ਪਲੱਸ ਵਨ ਟੂ ਦੇ ਵਿੱਚ ਲੜਾਈਆਂ, ਛੋਟੇ ਛੋਟੇ ਹੁੰਦੇ ਅਸੀਂ ਲੜਨ ਲੱਗ ਗਏ ਸੀ। ਉਸ ਤੋਂ ਬਾਅਦ ਕਾਲਜਾਂ 'ਚ ਚਲੇ ਗਏ, ਕਾਲਜਾਂ 'ਚ ਕੋਈ ਆ ਚੈਕਰਾਂ ਨਾਲ, ਕਨੈਕਟਰਾਂ ਨਾਲ, ਡਰਾਈਵਰਾਂ ਨਾਲ, ਬੱਸਾਂ ਵਾਲਿਆਂ ਨਾਲ ਇੱਕ ਇਸ਼ੂ ਹੁੰਦਾ ਸੀ ਟਿਕਟ ਨੂੰ ਲੈ ਕੇ। ਛੋਟੀਆਂ ਛੋਟੀਆਂ ਗੱਲਾਂ ਦਾ ਵਾਧਾ ਹੁੰਦਾ ਗਿਆ, ਚੈਕਰਾਂ ਨਾਲ ਲੜ ਪੈਣਾ, ਗਰੁੱਪਬਾਜ਼ੀਆਂ ਬਣਨ ਲੱਗ ਗਈਆਂ ਕਾਲਜਾਂ ਦੇ ਵਿੱਚ। ਫਿਰ ਉੱਥੋਂ ਹੌਲੀ ਹੌਲੀ ਕਾਲਜਾਂ ਦੇ ਵਿੱਚ ਹਟੇ, ਅਲੱਗ ਹੋਏ, ਫਿਰ ਉੱਥੋਂ ਗਰੁੱਪਬਾਜ਼ੀਆਂ ਦਲਦਲ ਨੂੰ ਚਲੇ ਗਏ ਗੈਂਗਸਟਰ ਵਾਲੇ ਪਾਸੇ। ਬੰਦਾ ਮਾਰਦੇ ਹੋਏ ਹੱਥ ਨਹੀਂ ਕੰਬਦੇ? ਨਹੀਂ ਜੀ, ਦੇਖੋ ਹੁਣ ਲੱਗਦਾ ਪਛਤਾਵਾ ਹੁਣ ਹੁੰਦਾ, ਪਹਿਲਾਂ ਉਦੋਂ ਇੱਕ ਉਮਰੀ ਇਹੋ ਜਿਹੀ ਹੁੰਦੀ ਹੈ, ਉਸ ਟਾਈਮ ਨਹੀਂ ਪਛਤਾਵਾ ਸੀਗਾ, ਪਰ ਹੁਣ ਹੌਲੀ ਹੌਲੀ ਪਛਤਾਵਾ ਹੁੰਦਾ। ਪਰ ਕੀ ਉਸ ਵੇਲੇ ਜ਼ਹਿਨ 'ਚ ਕੀ ਹੁੰਦਾ ਜਦੋਂ ਲੜਾਈ ਹੋ ਰਹੀ ਹੈ? ਕੀ ਚੀਜ਼ਾਂ ਚੱਲਦੀਆਂ ਦਿਮਾਗ ਦੇ ਵਿੱਚ? ਕੀ ਚੱਲ ਰਿਹਾ? ਸਿਰਫ ਇਹ ਹੁੰਦਾ ਕਿ ਮਾਰ ਦਿਓ, ਵੱਢ ਦਿਓ, ਬਸ ਅਣਖ ਹੁੰਦੀ ਹੈ, ਕੀ ਹੁੰਦਾ? ਦੇਖੋ ਜੀ, ਉਦੋਂ ਉਮਰ ਹੀ ਇਹੋ ਜਿਹੀ ਹੁੰਦੀ ਹੈ, ਇੱਕ ਸਿਸਟਮ ਬਣਿਆ ਹੁੰਦਾ, ਆਪਾਂ ਨੂੰ ਇਹ ਹੁੰਦਾ ਵੀ ਆਪਣੇ ਜਾਂ ਆਪਣੇ ਭਰਾਵਾਂ ਦੇ ਕੋਈ ਸੱਟਾਂ ਮਾਰ ਗਿਆ, ਆਪਾਂ ਨੂੰ ਹੁੰਦਾ ਵੀ ਆਪਾਂ ਰਹਿਣਾ ਇਸ ਦੁਨੀਆਂ ਦੇ ਵਿੱਚ, ਅੱਜ ਇਹ ਆਪਣੇ ਭਰਾਵਾਂ ਦੇ ਸੱਟਾਂ ਮਾਰ ਗਏ, ਕੱਲ੍ਹ ਨੂੰ ਆਪਾਂ ਨੂੰ ਪੈਣਗੇ, ਉਹ ਗੱਲਾਂ ਦਾ ਇੱਕ ਇਸ਼ੂ ਬਣ ਜਾਂਦਾ ਹੈ ਬਦਲਾ ਲੈਣ ਦਾ। ਉੱਥੋਂ ਹੌਲੀ ਹੌਲੀ ਛੋਟੀਆਂ ਛੋਟੀਆਂ ਲੜਾਈਆਂ ਤੋਂ ਵੱਡੀਆਂ ਲੜਾਈਆਂ ਤੱਕ ਵੱਧ ਜਾਂਦੀਆਂ ਜੀ। ਪਰ ਇਹਦਾ ਮੋੜਾ ਹੈਗਾ, ਵਾਪਸ ਆ ਸਕਦਾ ਬੰਦਾ? ਨਹੀਂ, ਵਾਪਸ ਦੇਖੀਏ ਤਾਂ ਇਹਦਾ ਵਾਪਸ ਨਹੀਂ ਆ ਸਕਦਾ ਜੀ। ਕੀ ਕਾਰਨ ਲੱਗਦਾ? ਕਾਰਨ ਤਾਂ ਦੇਖੀਏ ਤਾਂ ਬੰਦਾ
ਇਸ ਨੂੰ ਘਟਾ ਸਕਦਾ, ਛੱਡ ਨਹੀਂ ਸਕਦਾ। ਛੱਡਣ ਤੁਹਾਨੂੰ ਪਤਾ ਜੋ ਆਪਣੇ ਗਰੁੱਪਬਾਜ਼ੀਆਂ ਬਣ ਜਾਂਦੇ ਆ ਜੀ, ਦੁਸ਼ਮਣੀ ਕਦੇ ਨਹੀਂ ਮਿਟਦੀ। ਦੁਸ਼ਮਣੀ ਸਿਆਣੇ ਦੀ ਕਹਾਵਤ ਹੈ, ਜਿੰਨੀ ਪੁਰਾਣੀ ਹੁੰਦੀ ਹੈ ਉਨੀ ਤਾਜ਼ਾ ਹੁੰਦੀ ਜਾਂਦੀ ਹੈ ਦੁਸ਼ਮਣੀ। ਤੁਹਾਡੇ ਨਾਲ ਅੱਜ ਵੀ ਨੌਜਵਾਨ ਰਹਿੰਦੇ ਹੈ, ਹੌਸਲਾ ਨਾਲ ਰੱਖਦੇ ਹੈ, ਅੱਜ ਕਿਸ ਗੱਲ ਦਾ ਡਰ ਹੈ? ਡਰ ਤਾਂ ਜੀ ਜੋ ਪੁਰਾਣੀਆਂ ਦੁਸ਼ਮਣੀਆਂ, ਡਰ ਤਾਂ ਰੱਖਣਾ ਸਿਸਟਮ ਬਣਦਾ ਜੀ, ਹੁਣ ਇੱਕ ਆਦਤ ਵੀ ਬਣ ਗਈ, ਹੁਣ ਉਹ ਪੁਰਾਣੀਆਂ ਦੁਸ਼ਮਣੀਆਂ, ਕਿਸੇ ਵੇਲੇ ਵੀ ਸਾਡੇ ਨਾਲ ਕੋਈ ਦੁਸ਼ਮਣੀ ਕੱਢ ਸਕਦਾ ਹੈ। ਇਸ ਲਈ ਆਪਦੀ ਸੇਫਟੀ ਖਾਤਰ ਆਪਦੇ ਅਸੀਂ ਸੈਲਫ ਡਿਫੈਂਸ ਦੇ ਵਿੱਚ ਅਸੀਂ ਹੌਸਲਾ ਰੱਖਦੇ ਹਾਂ। ਪਰ ਇਹ ਜ਼ਹਿਨ 'ਚ ਕਿਵੇਂ ਆਇਆ? ਛੋਟੇ ਹੁੰਦੇ ਕਈ ਵਾਰੀ ਕਿਸੇ ਨਾਲ ਕੋਈ ਘਟਨਾ ਵਾਪਰਦੀ ਹੈ, ਕੋਈ ਫਿਲਮਾਂ ਦੇਖ ਕੇ ਇੰਝ ਬਣ ਜਾਂਦਾ। ਇੱਕ ਗੈਂਗਸਟਰ ਨਾਲ ਮੇਰੀ ਗੱਲਬਾਤ ਪਹਿਲਾਂ ਹੋਈ ਸੀ, ਉਹ ਕਹਿ ਰਹੇ ਕਿ ਮੈਂ ਛੋਟੇ ਹੁੰਦੇ ਤੋਂ ਫਿਲਮਾਂ ਬਹੁਤ ਇਹੋ ਜਿਹੀਆਂ ਦੇਖੀਆਂ, ਮੇਰਾ ਸੁਭਾਅ ਉਹੋ ਜਿਹਾ ਬਣਨਾ ਸ਼ੁਰੂ ਹੋ ਗਿਆ। ਕੁਲਵੀਰ ਇਸ ਤਰ੍ਹਾਂ ਕਿਉਂ ਬਣੇ? ਦੇਖੋ ਜੀ, ਪਹਿਲਾਂ ਇੱਕ ਬਣਿਆ ਹੁੰਦਾ, ਬੰਦੇ ਨੂੰ ਸੋਚ ਹੁੰਦੀ ਹੈ ਬੰਦੇ ਦੀ ਵੀ ਮੇਰਾ ਨਾਂ ਹੋਵੇ, ਮੇਰੀ ਪਛਾਣ ਹੋਵੇ, ਵੀ ਮੈਂ ਮੈਨੂੰ ਸਾਰੇ ਲੋਕ ਜਾਣਦੇ ਹੋਣ। ਉਹ ਚੀਜ਼ਾਂ ਦਾ ਇੱਕ ਪਹਿਲਾਂ ਜੋ ਜਵਾਨੀ 'ਚ ਸੀ ਸਿਸਟਮ, ਉਦੋਂ ਉਮਰ ਛੋਟੀ ਸੀ, ਪਹਿਲਾਂ ਇੱਕ ਸਾਨੂੰ ਸੀ ਇੱਕ ਵੀ ਸਾਨੂੰ ਲੋਕ ਦੂਰੋਂ ਪਛਾਣਨ, ਵੀ ਲੋਕ ਹਾਂ ਵੀ ਨਰੂਆਣਾ ਆਉਂਦਾ। ਉਹ ਗੱਲਾਂ ਹੁਣ ਬਾਅਦ 'ਚ ਪਤਾ ਲੱਗਦਾ ਜਦੋਂ ਦੁਸ਼ਮਣੀਆਂ ਬਣ ਗਈਆਂ ਜੀ। ਔਰ ਉਹ ਦੌਰ ਆਇਆ ਜਦੋਂ ਲੋਕ, ਜਦੋਂ ਤੁਸੀਂ ਜਾਂਦੇ ਸੀ ਲੋਕ ਡਰਦੇ ਸੀ, ਨਰੂਆਣਾ ਆ ਗਿਆ? ਨਹੀਂ, ਡਰਦੇ ਸੀ ਇਹ ਨਹੀਂ ਕਹਿ ਸਕਦੇ ਆਪਾਂ, ਬਸ ਅਸੀਂ ਜੋ ਸਾਡੀਆਂ ਦੁਸ਼ਮਣੀਆਂ ਪਈਆਂ ਅਸੀਂ ਉਹਨਾਂ ਨੇ ਦੁਸ਼ਮਣੀਆਂ ਨਿਭਾਈਆਂ, ਬਾਕੀ ਸਾਡਾ ਲੋਕਾਂ ਨਾਲ ਜੋ ਸਾਡੇ ਆਸੇ ਪਾਸੇ ਜੋ ਸਾਡੇ ਸਮਾਜ ਹੈ, ਅਸੀਂ ਸਾਡੇ ਸਮਾਜ ਦੇ ਵਿੱਚ ਸਾਡੀ ਕੋਈ ਗਲਤ ਛਵੀ ਨਹੀਂ ਗੀ। ਮਾੜੇ ਨਾਲ ਵੈਰ ਨਹੀਂ ਕਮਾਇਆ? ਨਹੀਂ, ਮਾੜੇ ਨਾਲ ਵੈਰ ਨਹੀਂ ਕਮਾਇਆ। ਅਫਸੋਸ ਹੈ ਤੁਹਾਨੂੰ? ਨਹੀਂ, ਅਫਸੋਸ ਦੇਖੀਏ ਤਾਂ ਹੈ ਵੀ ਹੈ ਅਤੇ ਨਹੀਂ ਵੀ ਹੈ। ਅਫਸੋਸ ਤਾਂ ਕਈ ਵਾਰ ਹੋ ਜਾਂਦਾ ਹੈ ਵੀ ਆਪਣੇ ਕਿੱਥੇ ਆਜ਼ਾਦ ਰਹੀਏ, ਜ਼ਿੰਦਗੀ ਆਜ਼ਾਦ ਜਾਈਏ, ਆਪਣੇ ਨਾਲ ਕੋਈ ਸਿਕਿਉਰਿਟੀ ਦੇ ਵਿੱਚ ਆਪਾਂ ਨਾ ਜਾਈਏ, ਆਪਦੇ ਪਰਿਵਾਰ ਨਾ ਜਾਈਏ, ਬੱਚਿਆਂ ਦੇ ਸਕੂਲ 'ਚ ਜਾਈਏ, ਆਪਦੇ ਪਰਿਵਾਰ ਨਾਲ ਜਾਈਏ। ਪਰ ਉਹ ਗੱਲਾਂ ਦਾ ਦੇਖ ਕੇ ਦੁੱਖ ਤਾਂ ਲੱਗਦਾ ਹੀ ਹੈ ਵੀ ਮਹਿਸੂਸ ਹੁੰਦੇ ਆ ਇਹ ਗੱਲ। ਹਰ ਵੇਲੇ ਧਿਆਨ ਇਹੀ ਰਹਿੰਦਾ ਹੋਊਗਾ ਕਿਤੇ ਕੋਈ ਅਟੈਕ ਨਾ ਹੋ ਜਾਵੇ, ਕੋਈ ਦੁਸ਼ਮਣ ਜਿਹੜਾ ਉਹ ਵਾਰ ਨਾ ਕਰਦੇ? ਹਾਂ, ਹੁੰਦਾ ਜੀ, ਇਸ ਗੱਲ ਦਾ ਜ਼ਰੂਰ ਹੈ। ਇਸ ਗੱਲ ਕਦੇ ਇਕੱਲੇ ਬੈਠ ਕੇ ਸੋਚਦੇ ਹੋ ਤੁਸੀਂ ਜਦੋਂ ਆਪਣੇ ਆਪ ਨੂੰ ਸਮਾਂ ਦਿੰਦੇ ਹੋ? ਬਿਲਕੁਲ ਇਕੱਲੇ, ਗਨਮੈਨ ਪਾਸੇ, ਮੁੰਡੇ ਪਾਸੇ, ਅਸਲਾ ਪਾਸੇ, ਕੁਲਵੀਰ ਨਰੂਆਣਾ ਜਦੋਂ ਇਕੱਲਾ ਬਹਿੰਦਾ ਹੈ ਉਦੋਂ ਇਹ ਸੋਚਦਾ ਹੈ ਕਿ ਸ਼ਾਇਦ ਬਹੁਤ ਅੱਗੇ ਨਿਕਲਿਆ ਹੈ ਹੁਣ? ਨਹੀਂ, ਹਾਂਜੀ, ਇਹ ਗੱਲ ਸੋਚ ਤਾਂ ਹੈ, ਜਦੋਂ ਆਪਦੇ ਆਪਾਂ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦੇ, ਆਪਦੇ ਬੱਚਿਆਂ ਨਾਲ ਨਹੀਂ ਜਾ ਸਕਦੇ, ਇਹ ਗੱਲਾਂ ਤਾਂ ਸਾਹਮਣੇ ਆਉਂਦੀਆਂ ਹੀ ਹੈ ਤਕਰੀਬਨ, ਵੀ ਅਫਸੋਸ ਤਾਂ ਹੁੰਦਾ ਹੀ ਹੈ ਵੀ ਆਪਾਂ ਇਹ ਇੱਕ ਦਲਦਲ ਹੈ, ਇਹਦੇ ਵਿੱਚ ਅੱਗੇ ਵੱਲ ਦਾ ਰਸਤਾ ਹੈ, ਪਿੱਛੇ ਵੱਲ ਦਾ ਰਸਤਾ ਹੈ ਨਹੀਂ ਗਾ, ਜਾਣ ਦਾ ਰਸਤਾ ਕੋਈ ਨਹੀਂ ਗਾ, ਅੱਗੇ ਵੱਲ ਦਾ ਜਾਣ ਦਾ ਰਸਤਾ ਹੈ। ਪੂਰੇ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਗੈਂਗਸਟਰ ਹੋਏ, ਐਨਕਾਊਂਟਰ ਹੁੰਦੇ ਆ ਉਹਨਾਂ ਦੇ, ਇਹ ਸਾਰਾ ਕੁਝ ਜਦੋਂ ਦੇਖਦੇ ਹੋ ਤਾਂ ਜ਼ਹਿਨ 'ਚ ਆਉਂਦਾ ਨਹੀਂ ਕਦੇ, ਦਿਮਾਗ 'ਚ ਇਹ ਗੱਲ ਆਉਂਦੀ ਹੋਵੇ ਕਿ ਸ਼ਾਇਦ ਕੋਈ ਮੋੜੇ ਦਾ ਰਾਹ ਲੱਭ ਲਿਆ ਜਾਵੇ, ਜਾਂ ਫਿਰ ਨਹੀਂ ਜੇ ਤੁਰ ਪਏ ਹਾਂ ਤਾਂ ਤੁਰ ਪਏ ਹਾਂ? ਨਹੀਂ ਜੀ, ਦੇਖੋ, ਇਸ ਗੱਲ ਦਾ ਇਕੱਲਾ ਐਨਕਾਊਂਟਰ ਵੀ ਹੱਲ ਨਹੀਂ ਨਾ ਇਸ ਗੱਲ ਦਾ। ਆਪਾਂ ਦੇਖਦੇ ਹਾਂ ਆਪਣੇ ਮੁੰਡੇ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਾਰਦੇ, ਠੀਕ ਹੈ ਵੀ ਉਹਨਾਂ ਨੂੰ ਆਪਾਂ ਸਮਝਾ ਕੇ ਬਿਠਾ ਕੇ ਉਹਨਾਂ ਨੂੰ ਸਰੈਂਡਰ ਕਰ ਸਕਦੇ ਸੀ, ਉਹਨਾਂ ਨੂੰ ਆਪਾਂ ਵਾਪਸ ਲਿਆ ਸਕਦੇ ਸੀਗੇ ਜੇ ਅਰੈਸਟ ਵਗੈਰਾ ਕਰਕੇ, ਪਰ ਮਾਰਨਾ ਹੱਲ ਨਹੀਂ ਨਾ ਇਸ ਗੱਲ ਦਾ। ਵਿੱਕੀ ਗੌਂਡਰ ਨੂੰ ਵੀ ਮਾਰਿਆ, ਉਹ ਵੀ ਹੱਲ ਨਹੀਂ ਸੀ ਤੁਹਾਨੂੰ ਲੱਗਦਾ? ਤੁਹਾਡੇ ਨਾਲ ਕਿਹਾ ਜਾਂਦਾ ਕਿ ਉਹ ਐਂਟੀ ਗਰੁੱਪ ਸੀਗਾ। ਨਹੀਂ, ਹੈ ਐਂਟੀ ਗਰੁੱਪ, ਆਪਾਂ ਇਹ ਗੱਲ ਨਹੀਂ ਕਹਿੰਦੇ, ਪਰ ਇਸ ਗੱਲ ਦਾ ਆਪਾਂ ਸਾਡੇ ਨਾਲ ਆਜ਼ਾਦ ਸੀ, ਉਹ ਵਾਰ ਭਗੌੜਾ ਸੀ, ਸਾਨੂੰ ਕੋਈ ਦੁੱਖ ਨਹੀਂ ਸੀ ਉਸ ਗੱਲ ਦਾ। ਪਰ ਜਦੋਂ ਕਿਸੇ ਨੂੰ ਮਾਰ ਦੇਣਾ, ਉਹ ਗੱਲ ਦੁੱਖ ਤਾਂ ਲੱਗਦੀ ਹੈ ਵੀ ਬੇਸ਼ੱਕ ਸਾਡਾ ਦੁਸ਼ਮਣ ਸੀ, ਪਰ ਅਸੀਂ ਉਸ ਗੱਲ ਨੂੰ ਸਹੀ ਨਹੀਂ ਸਮਝਦੇ ਵੀ ਪੁਲਿਸ ਕਿੰਨੀ ਐਨਕਾਊਂਟਰ ਹੋਣਾ ਜੋ ਉਸ ਗੱਲ ਦਾ। ਇਹ ਦੁਸ਼ਮਣੀਆਂ ਪੈਂਦੀਆਂ ਕਿਵੇਂ ਆ? ਕੁਲਵੀਰ ਨਰੂਆਣਾ ਨਰੂਆਣੇ ਦੇ ਵਿੱਚ ਰਹਿੰਦਾ, ਬਠਿੰਡੇ ਦੇ ਵਿੱਚ ਉਸਦਾ ਨਾਂ ਚੱਲਦਾ, ਸਿੱਕਾ ਚੱਲਦਾ। ਵਿੱਕੀ ਬਹੁਤ ਸਾਲਾਂ ਤੋਂ ਕਦੇ ਜਲੰਧਰ ਰਿਹਾ, ਪਿੰਡ ਸਰਾਵਾਂ ਸੀ ਉਹਦਾ, ਦੁਸ਼ਮਣੀਆਂ ਕਿਵੇਂ ਪੈ ਜਾਂਦੀਆਂ? ਦੇਖੋ ਜੀ, ਹੁਣ ਦੇਖਣ ਨੂੰ ਆਪਾਂ ਜਿਵੇਂ ਲੱਗਦਾ ਦੱਸਦੇ ਆ ਵੀ ਵਿੱਕੀ ਸਪੋਰਟਸ ਦੇ ਵਿੱਚ ਸੀ, ਅੱਜ ਕੱਲ੍ਹ ਮੁੰਡੇ ਸਪੋਰਟਸ ਵਾਲੇ ਪਾਸਿਓਂ ਇੱਧਰ ਨੂੰ ਰੁਝਾਨ ਥੋੜ੍ਹਾ ਜਿਹਾ ਜ਼ਿਆਦਾ ਬਣ ਜਾਂਦਾ, ਐਨਰਜੀ ਹੁੰਦੀ ਹੈ ਬੱਚਿਆਂ ਦੇ ਵਿੱਚ ਸਪੋਰਟਸ ਯੰਗ ਕੋਟੇ ਦੇ ਵਿੱਚ, ਹੌਲੀ ਹੌਲੀ ਸਿਸਟਮ ਬਦਲ ਜਾਂਦਾ ਜੀ। ਕਾਲਜ ਦੇ ਲਾਈਫ ਦੇ ਵਿੱਚ ਜਦੋਂ ਕਾਲਜ ਦੀ ਦੁਨੀਆ ਦੇ ਵਿੱਚ ਆ ਜਾਂਦੇ ਹਾਂ ਆਪਾਂ, ਉੱਥੋਂ ਸਿਸਟਮ ਕੁਦਰਤੀ ਗੱਲ ਹੈ ਗਰੁੱਪਬਾਜ਼ੀਆਂ 'ਚ ਬਣ ਜਾਂਦਾ। ਕਾਲਜ ਵਾਲੀ ਜਿਹੜੀ ਕਾਲਜ ਦੀ ਉਮਰ ਹੁੰਦੀ ਆ ਉੱਥੋਂ ਗਰੁੱਪਬਾਜ਼ੀਆਂ ਸ਼ੁਰੂ ਹੋ। ਕੁਲਵੀਰ ਨਹਿਰੂਆਣੇ ਦੇ ਹੱਥੋਂ ਬੰਦਾ ਮਰਿਆ ਵੀ ਹੈ? ਨਹੀਂ ਜੀ, ਹਾਲੇ ਤੱਕ ਤਾਂ ਕੋਈ ਨਹੀਂ ਬੰਦਾ ਮਰਿਆ ਜੀ।
ਪਰਮਾਤਮਾ ਦੀ ਕਿਰਪਾ ਨਾਲ ਮਿਹਰ ਰਹੀ ਹੈ। ਬਸ ਆਪਦੀਆਂ ਆਪਾਂ ਦੁਸ਼ਮਣੀਆਂ ਜ਼ਰੂਰ ਪਗਾਈਆਂ। ਹਾਂਜੀ, ਕਿੰਨੇ ਪਰਚੇ ਕਿੰਨੇ ਹੋਏ? ਤਕਰੀਬਨ ਮੇਰੇ ਤਾਂ 27-28 ਪਰਚੇ ਸੀਗੇ ਜੀ। ਹੁਣ ਅਸੀਂ ਪਰਚੇ 30 ਸਾਲ ਦੀ ਉਮਰ 28 ਪਰਚੇ। ਹਾਂਜੀ ਹਾਂਜੀ, ਅਸੀਂ ਹੁਣ ਪਰਚੇ ਨਿਬੇੜਨ ਵਾਲੇ ਪਾਸੇ ਹੋਏ ਹੋਏ ਹਾਂ ਜੀ। ਅਸੀਂ ਇੱਕ ਆਪਦੀ ਛਵੀ ਨੂੰ ਸਮਾਜ ਸੇਵਾ ਦੇ ਵੱਲ ਲੈ ਕੇ ਜਾ ਰਹੇ ਹਾਂ। ਅਸੀਂ ਆਏ ਸਾਲ ਗਰੀਬ ਬੱਚਿਆਂ ਦੇ ਮੈਰਿਜ ਕਰਦੇ ਹਾਂ, ਵਿਆਹ ਕਰਦੇ ਹਾਂ ਜੀ। ਸਾਨੂੰ ਹੋ ਗਏ ਤਕਰੀਬਨ 3-3 ਸਾਲ ਹੋ ਗਏ ਵੀ ਆਏ ਸਾਲ। ਪਿਛਲੀ ਵਾਰੀ ਅਸੀਂ 11 ਕੁੜੀਆਂ ਦੇ ਕਰੇ ਸੀ, ਉਦੋਂ ਪਹਿਲਾਂ ਇੰਨੇ ਕੁ ਦੇ ਕਰੇ ਸੀ। ਹੁਣ ਐਤਕੀ ਅਸੀਂ 21 ਕੁੜੀਆਂ ਦੇ ਵਿਆਹ ਕਰੇ ਆ ਜੀ, ਗਰੀਬ। ਤੁਹਾਨੂੰ ਲੱਗਦਾ ਕਿ ਸਮਾਜ ਐਕਸੈਪਟ ਕਰੂਗਾ ਤੁਹਾਨੂੰ? ਲੱਖਾ ਸਧਾਣਾ ਕਹਿ ਰਹੇ ਆ ਕਿ ਮੈਂ ਵਾਪਸ ਆ ਗਿਆ, ਮੈਂ ਜੁਰਮ ਦੀ ਦੁਨੀਆ ਛੱਡਤੀ ਹੈ, ਮੈਂ ਲੋਕਾਂ ਦੀ ਸੇਵਾ ਕਰਨੀ ਹੈ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ। ਤੁਸੀਂ ਕਹਿ ਰਹੇ ਹੋ ਕਿ ਹੁਣ ਇਸ ਛਵੀ ਨੂੰ ਬਦਲਣਾ, ਗੈਂਗਸਟਰ ਨਹੀਂ, ਲੋਕ ਤੁਹਾਨੂੰ ਸਮਾਜ ਸੇਵੀ ਦੇ ਤੌਰ 'ਤੇ ਜਾਣਨ, ਲੋਕ ਐਕਸੈਪਟ ਕਰਨਗੇ? ਨਹੀਂ, ਲੋਕ ਕਰਨਗੇ ਜੀ। ਅਸੀਂ ਜੋ ਵੀ ਆ, ਸਾਡੇ ਕੋਈ ਆਪਦੀ ਸਾਡੀ ਛਵੀ ਰਹੀ ਹੈ, ਦੁਸ਼ਮਣੀ ਸਾਡੀ ਜਿੰਨਿਆਂ ਨਾਲ ਵੀ ਰਹੀ ਆ, ਅਸੀਂ ਉਹ ਸਾਡੀ ਸਿਰਫ ਕੋਈ 2-4 ਗਰੁੱਪਾਂ ਨਾਲ ਦੁਸ਼ਮਣੀ ਆ, ਸਾਡੀ ਲੋਕਾਂ ਨਾਲ ਦੁਸ਼ਮਣੀ ਨਹੀਂ। ਲੋਕ ਸਾਨੂੰ ਰਿਸਪੈਕਟ ਕਰਦੇ ਆ, ਅਸੀਂ ਲੋਕਾਂ ਦੀ ਇੱਜ਼ਤ ਕਰਦੇ ਹਾਂ। ਇਸ ਗੱਲ ਦਾ ਇਹ ਗੱਲ ਨਹੀਂ ਵੀ ਲੋਕ ਸਾਡੀ ਐਕਸਪੈਕਟ ਕਰਨਗੇ, ਇਹੋ ਜਿਹੀ ਕੋਈ ਗੱਲ ਨਹੀਂ ਕਰਨਗੇ। ਤੁਹਾਨੂੰ ਲੱਗਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਗੈਂਗ ਵਾਰਾਂ ਨੇ, ਤੁਹਾਡੀਆਂ ਆਪਸੀ ਦੁਸ਼ਮਣੀਆਂ ਨੇ, ਪੰਜਾਬ ਬਹੁਤ ਸੰਤਾਪ ਚੱਲ ਰਿਹਾ? ਨਹੀਂ ਜੀ, ਨੁਕਸਾਨ ਤਾਂ ਹੋ ਹੀ ਰਿਹਾ ਇਸ ਗੱਲ ਦਾ। ਅਸੀਂ ਤਾਂ ਇਹੀ ਮੈਸੇਜ ਦੇ ਰਹੇ ਹਾਂ। ਪਿਛਲੀ ਵਾਰ ਵੀ ਅਸੀਂ ਤਾਂ ਇੰਟਰਵਿਊ ਦੇ ਵਿੱਚ ਇਹੀ ਮੈਸੇਜ ਦਿੱਤਾ ਸੀ ਵੀ ਆਪਣਾ ਇੱਧਰੋਂ ਗੈਂਗਸਟਰ ਵਾਲੇ ਪਾਸਿਓਂ ਸਹੀ ਪਾਸੇ ਲੈਣ 'ਚ ਬੱਚੇ ਆਉਣ, ਆਪਣੇ ਮੁੰਡੇ ਆਉਣ ਜੀ। ਜੈਪਾਲ ਦਾ ਨਾਮ ਆਇਆ, ਰੌਕੀ ਨੂੰ ਮਾਰ ਦਿੱਤਾ ਜਾਂਦਾ ਹੈ, ਬਹੁਤ ਸਾਰੀ ਐਸੀ ਚਰਚਾ ਹੋਈ ਹੈ। 4 ਸਾਲ ਪੰਜਾਬ ਨੇ ਉਹ ਹਾਲਾਤ ਦੇਖੇ ਨੇ, ਤੁਸੀਂ ਕੀ ਸੋਚਦੇ ਹੋ ਕਿ ਕੀ ਮੈਸੇਜ ਹੈ ਜਿਹੜੇ ਇਹ ਮੁੰਡੇ ਵੀ ਇਸ ਕੰਮ ਦੇ ਵਿੱਚ ਪਏ ਹੈ ਸਾਰੇ? ਦੇਖੋ ਜੀ, ਰੁਝਾਨ ਇਸ ਹੁਣ ਤਕਰੀਬਨ 1-1.5 ਸਾਲ ਦਾ ਰੁਝਾਨ ਘਟਿਆ ਹੋਇਆ ਹੈ। ਹੌਲੀ ਹੌਲੀ ਤਕਰੀਬਨ ਜਿਵੇਂ ਸਿਸਟਮ ਹੌਲੀ ਹੌਲੀ ਠੀਕ ਹੋ ਰਿਹਾ, ਇਹੋ ਜਿਹੀ ਗੱਲ ਨਹੀਂ, ਬਦਲਾਅ ਆਊਗਾ, ਜ਼ਰੂਰ ਆਊਗਾ ਇਸ ਗੱਲ ਦਾ। ਚਿੱਟਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ, ਚਿੱਟਾ ਚਿੱਟਾ ਹਰ ਪਾਸੇ ਗੱਲ ਹੁੰਦੀ ਹੈ। ਗੈਂਗਸਟਰ ਚਿੱਟੇ ਨੂੰ ਵਧਾਵਾ ਦਿੰਦੇ ਨੇ ਜਾਂ ਰੋਕਦੇ ਨੇ ਕਿ ਨਾ ਨਾ ਚਿੱਟਾ ਲੋਕ ਜਿਹੜੇ ਆ ਨਸ਼ਾ ਨਾ ਵਧੇ? ਨਹੀਂ ਜੀ, ਮੈਂ ਉਹਨਾਂ ਨੂੰ ਅਸੀਂ ਤਾਂ ਗੈਂਗਸਟਰ ਨਹੀਂ ਸਮਝਦੇ ਜੋ ਚਿੱਟੇ ਦਾ ਕੰਮ ਕਰਦੇ ਆ। ਗਲਤ ਆ ਉਹਨਾਂ ਖਾਤਰ ਜੋ ਵੀ ਇਹ ਕਰਦੇ ਆ, ਕੋਈ ਚੰਗੀਆਂ ਗੱਲਾਂ ਨਹੀਂ ਚਿੱਟੇ ਵਾਲਾ ਕੰਮ ਕਰਨਾ। ਅਸੀਂ ਤਾਂ ਸਾਡੇ ਤਾਂ ਕਮੇਟੀਆਂ ਬਣੀਆਂ ਹੋਈਆਂ ਜੀ। ਅਸੀਂ ਤਾਂ ਤਕਰੀਬਨ ਸਾਰੇ ਸਾਡੇ ਤਾਂ ਏਰੀਏ ਦੇ ਵਿੱਚ ਅਸੀਂ ਅੱਗੇ ਤੋਂ ਵੀ ਬਣਾ ਰਹੇ ਹਾਂ। ਚਿੱਟਾ ਬਹੁਤ ਜ਼ਿਆਦਾ ਹੋ ਗਿਆ, ਇਹ ਗੱਲ ਇੱਕ ਬਹੁਤ ਸੋਚਣ ਵਾਲਾ ਵਿਸ਼ਾ ਇਹ ਵੀ ਹੌਲੀ ਹੌਲੀ ਇਹ ਸਿਸਟਮ ਆਪਣਾ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰ ਦੂਗਾ, ਜਿਸ ਹਿਸਾਬ ਨਾਲ ਹੁਣ ਚਿੱਟੇ ਦਾ ਦੌਰ ਚੱਲ ਰਿਹਾ ਜੀ। ਤੁਹਾਡੇ ਆਪਣੇ ਪਿੰਡਾਂ 'ਚ ਵੀ ਹੈ? ਹਾਂ, ਚੱਲ ਰਿਹਾ ਜੀ ਪਿੰਡਾਂ 'ਚ, ਬਾਕੀ ਕਮੇਟੀਆਂ ਬਣੀਆਂ, ਹੌਲੀ ਹੌਲੀ ਸੁਧਾਰ ਹੋ ਜਾਣਾ ਜੀ। ਪਰ ਆਈਡੈਂਟੀਫਾਈ ਨਹੀਂ ਹੁੰਦੇ ਬੰਦੇ ਜੋ ਵੇਚਦੇ ਆ? ਤੁਹਾਡੇ ਆਪਣੇ ਪਿੰਡ 'ਚ ਜੇ ਕੋਈ ਵੇਚਦਾ ਮਿਸਾਲ ਦੇ ਤੌਰ 'ਤੇ, ਤੁਸੀਂ ਆਈਡੈਂਟੀਫਾਈ ਨਹੀਂ ਕਰਦੇ ਕਿ ਕੌਣ ਹੈ ਬੰਦੇ? ਆਈਡੈਂਟੀਫਾਈ ਹੋ ਗਏ ਜੀ, ਬਸ ਉਹਨਾਂ ਨੂੰ ਅਸੀਂ ਮੈਸੇਜ ਲਾ ਤੇ ਜੀ ਵੀ ਸੁਧਰ ਜਾਓ, ਨਹੀਂ ਫਿਰ ਅਸੀਂ ਆਪਦੇ ਹਿਸਾਬ ਨਾਲ ਸੁਧਾਰ ਕੇ ਉਹਨਾਂ ਨੂੰ ਸਿਸਟਮ 'ਚ ਲਿਆਵਾਂਗੇ ਜੀ। ਤੁਹਾਨੂੰ ਲੱਗਦਾ ਸਮਾਜ ਇਸੇ ਤਰੀਕੇ ਨਾਲ ਬਦਲਿਆ ਜਾਊਗਾ ਕਿ ਜੇ ਨਹੀਂ ਕਾਨੂੰਨ ਦੇ ਹੱਥੋਂ ਸੁਧਰਦੇ ਤਾਂ ਤੁਹਾਡੇ ਵਰਗੇ ਜੋ ਨੌਜਵਾਨ ਨੇ ਉਹ ਆਪਣੇ ਤਰੀਕੇ ਨਾਲ ਸਮਝਾਉਣਗੇ? ਨਹੀਂ, ਇਹ ਗੱਲਾਂ ਹੈਗੀਆਂ ਜੀ, ਜੋ ਕਾਨੂੰਨ ਤੋਂ ਨਹੀਂ ਕਿਸੇ ਸਿਸਟਮ 'ਚ ਗੱਲ ਆਉਂਦੀ। ਸਾਡੇ ਕੋਲ ਤਕਰੀਬਨ ਜੋ ਅੱਜ ਕੱਲ੍ਹ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਜੀ, ਕੋਈ ਦਾਜ ਦਹੇਜ ਪਿੱਛੇ ਤੰਗ ਪਰੇਸ਼ਾਨ ਕਰਦੇ ਆ, ਸਾਡੇ ਕੋਲ ਆਉਂਦੇ ਹੀ ਆ। ਤਕਰੀਬਨ ਭੈਣਾਂ ਸਾਡੇ ਕੋਲ ਚੱਲ ਕੇ ਆਉਂਦੀਆਂ ਵੀ ਆਪਦੇ ਵੀਰਾਂ ਨੂੰ ਦੱਸਦੀਆਂ ਵੀ ਸਾਡੇ ਨਾਲ ਧੱਕਾ ਹੋ ਰਿਹਾ ਇਸ ਗੱਲ ਦਾ, ਵੀ ਸਾਨੂੰ ਸਹੁਰਾ ਪਰਿਵਾਰ ਸਾਨੂੰ ਦਾਜ ਦਹੇਜ ਪਿੱਛੇ ਤੰਗ ਕਰਦਾ ਕੋਈ। ਉਹ ਗੱਲਾਂ ਦਾ ਜੋ ਸਾਡੇ ਕੋਲ ਆਉਂਦੇ ਆ, ਅਸੀਂ ਮਸਲੇ ਹੱਲ ਕਰਦੇ ਹਾਂ ਜੀ ਉਹ ਗੱਲਾਂ 'ਤੇ। ਸਿਆਸਤ 'ਚ ਜਾਣਾ ਚਾਹੁੰਦੇ ਕੁਲਵੀਰ ਨਰੂਆਣਾ? ਨਹੀਂ ਜੀ, ਹਾਲੇ ਕੁਛ ਨਹੀਂ ਸੋਚਿਆ ਜੀ ਸਿਆਸਤ ਬਾਰੇ ਜੀ। ਫਿਊਚਰ ਕੀ ਹੈ ਫਿਰ? ਲੋਕਾਂ ਲਈ ਮਸੀਹਾ ਬਣ ਰਹੇ ਹੋ ਤੁਸੀਂ, ਕਹਿ ਰਹੇ ਹੋ ਛਵੀ ਬਦਲਣੀ ਹੈ, ਇਸੇ ਤਰ੍ਹਾਂ ਕਿਵੇਂ ਚੱਲੂਗਾ? ਨਹੀਂ ਜੀ, ਹਾਲੇ ਤਾਂ ਚੱਲ ਰਹੇ ਹਾਂ, ਪਹਿਲਾਂ ਸਮਾਜ ਲਈ ਇੱਕ ਸਮਾਜ ਦੇ ਵਿੱਚ ਇੱਕ ਚੰਗੀ ਆਪਦੀ ਛਵੀ ਬਣਾਉਣਾ ਚਾਹੁੰਦੇ ਹਾਂ ਪਹਿਲਾਂ ਵੀ। ਹਾਲੇ ਤੱਕ ਬਣੀ ਨਹੀਂ? ਨਹੀਂ, ਬਣਾ ਰਹੇ ਹਾਂ ਜੀ, ਬਣ ਜਾਣੀ ਹੈਗੀ ਹੌਲੀ ਹੌਲੀ। ਪਿੰਡਾਂ ਦੇ ਲੋਕ ਕੀ ਕਹਿੰਦੇ, ਤੁਹਾਡੇ ਆਪਣੇ ਪਿੰਡ ਦੇ ਲੋਕ ਕੀ ਕਹਿੰਦੇ ਤੁਹਾਨੂੰ, ਡਰ ਲੱਗਦਾ ਉਹਨਾਂ ਨੂੰ ਤੁਹਾਡੇ ਤੋਂ? ਨਹੀਂ ਨਹੀਂ, ਇਹੋ ਜੀ ਕੋਈ ਗੱਲ ਨਹੀਂ, ਠੀਕ ਹੈ ਜੀ, ਹੌਲੀ ਹੌਲੀ ਪਿਆਰ ਮਿਲਦਾ, ਕਿਉਂਕਿ ਉਹ ਵੀ ਇੱਕ ਤਸਵੀਰ ਹੈ। ਗਾਂਧੀ ਦੀ ਅਕਸਰ ਗੱਲ ਕਰਦੇ ਆ ਲੋਕ ਕਿ ਗਾਂਧੀ ਦਾ ਉਹ ਟਾਈਮ ਆਇਆ ਜਦੋਂ ਪਿੰਡਾਂ 'ਚ ਜਾਂਦਾ ਸੀ, ਲੋਕ ਉਹਨੂੰ ਮਸੀਹੇ ਦੇ ਤੌਰ 'ਤੇ ਦੇਖਣ ਲੱਗ ਗਏ ਸੀ। ਕੁਲਵੀਰ ਵੀ ਉਸੇ ਰਾਹ 'ਤੇ ਆ ਰਹੇ? ਹੋ ਜਾਣਾ ਠੀਕ ਤਕਰੀਬਨ। ਸਾਡੇ ਏਰੀਏ ਦੇ ਵਿੱਚ ਸਾਡਾ ਜੋ ਸਾਡਾ ਨੇੜੇ ਤੇੜੇ ਦਾ ਸਮਾਜ ਹੈ, ਸਾਡੀ ਛਵੀ ਕੋਈ ਬਹੁਤ ਵਧੀਆ ਛਵੀ ਹੈ, ਇਹੋ ਜਿਹੀ ਗੱਲ ਨਹੀਂ ਕਿ ਅਸੀਂ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਕਿਤੇ ਜ਼ਿੰਦਗੀ 'ਚ ਕਰਿਆ। ਜੋ ਕਿਸੇ ਨਾਲ ਧੱਕਾ ਹੁੰਦਾ, ਧੱਕੇ ਵਾਲੇ ਦੇ ਨਾਲ ਖੜੀ ਦੇ, ਜਿਹਦੇ ਨਾਲ ਧੱਕਾ ਹੋ ਰਿਹਾ,
ਜੋ ਧੱਕਾ ਕਰਨ ਵਾਲਾ ਉਸ ਦੇ ਖਿਲਾਫ ਖੜਦੇ ਹਾਂ ਅਸੀਂ ਸਦਾ। ਪਿਆਰ ਦਿੰਦੇ ਲੋਕ? ਹਾਂ, ਪਿਆਰ ਮਿਲਦਾ ਜੀ। ਥੋਟ ਕੀ ਹੈ ਲਾਈਫ ਦੇ ਵਿੱਚ? ਇੱਕ ਇੰਨੀ ਛੋਟੀ ਉਮਰ ਹੈ, ਹਰੇਕ ਨੌਜਵਾਨ ਦਾ ਇੱਕ ਟੀਚਾ ਹੁੰਦਾ ਕਿ ਮੈਂ ਜ਼ਿੰਦਗੀ 'ਚ ਕੁਛ ਬਣਨਾ। ਤੁਸੀਂ ਕਿਹਾ ਕਿ ਮੈਂ ਨਾਮ ਕਮਾਉਣਾ ਸੀ, ਨਾਮ ਤਾਂ ਹੁਣ ਇਸ ਕੰਮ 'ਚ ਤੁਸੀਂ ਬਹੁਤ ਕਮਾ ਲਿਆ ਸੀ, ਹੁਣ ਵਾਪਸੀ ਹੈ ਤੁਹਾਡੀ ਜ਼ਿੰਦਗੀ ਲਈ, ਕੀ ਥੋਟ ਹੈ ਆਪਣਾ, ਕੀ ਕਰਨਾ? ਕਿਉਂਕਿ ਅੱਗੋਂ ਪਰਿਵਾਰ ਹੈ, ਬੱਚੇ ਹੈ, ਤੁਸੀਂ ਕਿਹਾ ਕਿ ਬੱਚੇ ਜਦੋਂ ਕਹਿਣ ਕਿ ਮੇਰੇ ਫਾਦਰ ਮੇਰੇ ਪਿਤਾ ਕੌਣ ਨੇ ਤਾਂ ਉਹ ਕਿਸ ਤਰ੍ਹਾਂ ਜਾਣੇ ਜਾਣ? ਨਹੀਂ, ਅਸੀਂ ਲੱਗੇ ਹੋਏ ਹਾਂ ਸਮਾਜ ਲਈ ਵਧੀਆ ਕੁਛ ਕਰਕੇ ਦਿਖਾਉਣ ਦੇ ਵਿੱਚ, ਅਸੀਂ ਕਾਮਯਾਬ ਵੀ ਹੋਵਾਂਗੇ ਹੌਲੀ ਹੌਲੀ। ਅਸੀਂ ਕਲੱਬ ਬਣਾਏ ਹੋਏ ਆ ਅੱਡੋ ਅੱਡ ਪਿੰਡਾਂ ਦੇ ਵਿੱਚ, ਹਲਕੇ ਦੇ ਵਿੱਚ, ਜੋ ਸਾਡੇ ਬਠਿੰਡਾ ਦਿਹਾਤੀ ਹੈ, ਮੌੜ ਹੈ, ਹਰ ਏਰੀਏ ਦੇ ਵਿੱਚ ਸਾਨੂੰ ਟੂਰਨਾਮੈਂਟਾਂ 'ਤੇ ਬੁਲਾਉਂਦੇ ਹੈ, ਜੋ ਚੰਗੇ ਹੁੰਦੇ ਆ ਪ੍ਰੋਗਰਾਮ ਜਿਵੇਂ ਧੀਆਂ ਦੀ ਲੋਹੜੀਆਂ 'ਤੇ ਸਾਨੂੰ ਬੁਲਾਉਂਦੇ ਹੈ, ਅਸੀਂ ਉਹਨਾਂ ਨੂੰ ਜੋ ਸਾਡੀ ਹੈਲਪ ਹੈ ਅਸੀਂ ਹੈਲਪ ਕਰਦੇ ਹਾਂ। ਇੱਕ ਚੰਗਾ ਮੈਸੇਜ ਦੇ ਰਹੇ ਹਾਂ, ਸਾਡੇ ਤੋਂ ਅਸੀਂ ਲੋਕਾਂ ਨੂੰ ਖੜ ਰਹੇ ਹਾਂ ਜੰਗ ਕਲੱਬਾਂ ਨਾਲ। ਜੇਲ੍ਹ ਦੇ ਹਾਲਾਤ ਕੀ ਨੇ, ਜੇਲ੍ਹਾਂ ਦੇ ਵਿੱਚ ਕੀ ਹਾਲਾਤ ਨੇ? ਜੇਲ੍ਹਾਂ ਦੇ ਵਿੱਚ ਹਾਲਾਤ ਜੀ, ਨਸ਼ਿਆਂ ਨੁਸ਼ਿਆਂ ਦੇ ਹਾਲਾਤ ਤਾਂ ਕਾਫੀ ਜ਼ਿਆਦਾ ਪਤਾ ਹੀ ਹੈ ਜੀ ਆਪਾਂ ਨੂੰ, ਪਹਿਲਾਂ ਵੀ ਆਪਣੇ ਕੁਛ ਇਹ ਗੱਲਾਂ ਸਾਹਮਣੇ ਆਈਆਂ ਨਸ਼ਿਆਂ ਦੇ ਵਿੱਚ, ਜੇਲ੍ਹਾਂ ਦੇ ਵਿੱਚ ਨਸ਼ਾ ਬਹੁਤ ਹੈ, ਇਹ ਗੱਲਾਂ ਦਾ ਸੁਧਾਰ ਤਾਂ ਕਰਨਾ ਪੈਣਾ ਜੀ, ਇਹ ਪ੍ਰਸ਼ਾਸਨ ਦਾ ਹੱਕ ਹੈ ਵੀ ਇਹ ਚੀਜ਼ਾਂ ਨੂੰ ਧਿਆਨ ਰੱਖਣ ਜੀ। ਜਿਵੇਂ ਹੁਣ ਪਿੰਡਾਂ ਦੇ ਵਿੱਚ ਹੁਣ ਆਪਾਂ ਦੇਖੀਏ ਜੀ, ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ 50-50 60-60 ਮੁੰਡੇ ਜੀ, ਤਕਰੀਬਨ 50-50 ਮੁੰਡਿਆਂ ਦੀ ਤਾਂ ਔਸਤ ਹੈ ਜਿਹੜੇ ਕਿ ਚਿੱਟਾ ਪੀਂਦੇ ਆ ਜੀ, ਜੇ ਉਹਨਾਂ ਨੂੰ ਹੁਣ ਆਪਾਂ ਹਰੇਕ ਪਿੰਡ ਦੇ ਵਿੱਚ, ਹਾਂ ਹਰੇਕ ਪਿੰਡ ਦੇ ਵਿੱਚ ਜੀ, ਇਹ ਹੁਣ ਪ੍ਰਸ਼ਾਸਨ ਦਾ ਹੱਕ ਹੈ ਜੀ ਇਹ ਗੱਲਾਂ ਦਾ ਧਿਆਨ ਕਰਨ ਦਾ, ਗੌਰ ਕਰਨ ਦਾ। ਬਾਕੀ ਅਸੀਂ ਕਮੇਟੀਆਂ ਬਣਾਈਆਂ ਜੀ, ਕਲੱਬ ਵਗੈਰਾ ਬਣਾਏ ਹੋਏ ਆ, ਕਲੱਬਾਂ ਦਾ ਸਾਥ ਅਸੀਂ ਦੇਵਾਂਗੇ ਜੀ। ਜੋ ਕੋਈ ਵੱਡੇ ਸਮਗਲਰ ਹੈ ਜੀ, ਜੇ ਪੁਲਿਸ ਨਹੀਂ ਫੜਦੀ ਉਹਨਾਂ ਨੂੰ, ਅਸੀਂ ਆਪਦੀ ਜ਼ਿੰਮੇਵਾਰੀ ਦੇ ਫੜ ਕੇ ਅਸੀਂ ਅੰਦਰ ਕਰਾਵਾਂਗੇ ਜੀ ਉਹਨਾਂ ਨੂੰ। ਅਸਲਾ ਪਹੁੰਚ ਜਾਂਦਾ ਹੈ, ਜੇਲ੍ਹ ਦੇ ਵਿੱਚ ਹਮਲੇ ਹੋ ਜਾਂਦੇ ਆ, ਲੜਾਈਆਂ ਹੋ ਜਾਂਦੀਆਂ, ਇਹ ਕਿਵੇਂ ਮੈਨੇਜ ਹੁੰਦਾ, ਪਹੁੰਚਾਉਂਦਾ ਕੌਣ ਹੈ? ਦੇਖੋ ਜੀ, ਉਹ ਤਾਂ ਆਪਦੀ ਸੇਫਟੀ ਖਾਤਰ ਜੋ ਵੀ ਹੈ ਕੁਛ ਕਰਨਾ ਪੈਂਦਾ ਆਪਦੀ ਸੇਫਟੀ ਖਾਤਰ। ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਜੇਲ੍ਹ ਦੇ ਵਿੱਚ ਅਸੀਂ ਇਕੱਲੇ ਸੀਗੇ, ਸਾਨੂੰ ਖਤਰਾ ਸੀ, ਇਸ ਲਈ ਆਪਦੀ ਅਸੀਂ ਸੇਫਟੀ ਖਾਤਰ ਅਸਲਾ ਮੰਗਾਇਆ ਜੀ, ਅਤੇ ਆਪਦੀ ਸੁਰੱਖਿਆ ਕਰੀਏ, ਸੈਲਫ ਡਿਫੈਂਸ ਜਿਹਨੂੰ ਕਹਿੰਦੇ। ਕਿਹੜੇ ਸਨ ਦੀ ਗੱਲ ਹੈ? ਇਹ ਸਨ ਹੈ 2013 ਦੀ ਗੱਲ ਹੈ ਜੀ, ਤਕਰੀਬਨ 14 ਦੀ ਗੱਲ ਹੈ ਜੀ, 13-14 ਦੀ ਗੱਲ ਹੈ ਜੀ। ਕਿਹੜੀ ਜੇਲ੍ਹ ਦੀ? ਇਹ ਬਠਿੰਡਾ ਜੇਲ੍ਹ ਸੈਂਟਰ ਜੀ। ਬਠਿੰਡਾ ਜੇਲ੍ਹ ਤੁਹਾਨੂੰ ਅਸਲਾ ਪਹੁੰਚਿਆ ਉਦੋਂ? ਨਹੀਂ ਜੀ, ਚਲੋ ਕੁਛ ਲਾ ਲਓ, ਹੁਣ ਆਪਾਂ ਉਹ ਗੱਲਾਂ ਤਾਂ ਕਰ ਨਹੀਂ ਸਕਦੇ ਜੀ, ਜੋ ਵੀ ਹੈ ਉਹ ਤਾਂ ਹੁਣ ਟਾਈਮ ਟੱਪ ਚੱਲਿਆ ਜੀ, ਅਸੀਂ ਹੁਣ ਅੱਗੇ ਵੱਲ ਨੂੰ ਜਾ ਰਹੇ ਹਾਂ, ਵੀ ਸਿਸਟਮ ਬਣਾ ਰਹੇ ਹਾਂ ਜੀ। ਜੇਲ੍ਹ ਦੇ ਅੰਦਰ ਡਰ ਕੀ ਹੁੰਦਾ? ਜੇਲ੍ਹ ਦੇ ਵਿੱਚ ਜੀ ਗਰੁੱਪਵਾਦੀਆਂ ਬਣੀਆਂ ਹੋਈਆਂ, ਜੇਲ੍ਹ ਦੇ ਵਿੱਚ ਮਾੜਾ ਬੰਦਾ ਜਿਵੇਂ ਕਿ ਆਪਾਂ ਦੇਖੀਏ, ਹੁਣ ਪਿੱਛੇ ਜੇ ਪਟਿਆਲਾ ਜੇਲ੍ਹ ਦੀ ਗੱਲ ਚੱਲੀ ਸੀਗੀ, ਰਾਜਨ ਕਪੂਰ ਹੈ ਡਿਪਟੀ ਸੁਪਰਡੈਂਟ, ਇੱਕ ਹੈ ਉਹਦੇ ਨਾਲ ਕੋਈ ਦੱਸ ਰਹੇ ਸੀ ਕੋਈ ਜੇਲ੍ਹ ਦੇ ਮੁੰਡੇ ਸੀ, ਉਹ ਜਿਵੇਂ ਟੋਰਚਰ ਵਗੈਰਾ ਕਰਦੇ ਸੀ। ਜੇਲ੍ਹਾਂ ਦੇ ਵਿੱਚ ਕੋਈ ਅੱਜ ਕੱਲ੍ਹ ਜੇ ਆਪਾਂ ਕਹਿ ਲਈਏ ਕੋਈ ਮਾੜਾ ਬੰਦਾ ਜੇਲ੍ਹ ਨਹੀਂ ਕੱਟ ਸਕਦਾ, ਜਿਹਦੇ ਨਾਲ ਕੋਈ ਮੈਨ ਪਾਵਰ ਹੈ, ਗਰੁੱਪ ਹੈ, ਉਹ ਹੀ ਬੰਦਾ ਜੇਲ੍ਹ ਕੱਟ ਸਕਦਾ, ਨਹੀਂ ਮਾੜਾ ਬੰਦੇ ਖਾਤਰ ਜੇਲ੍ਹ ਹੈ ਨਹੀਂ ਜੀ। ਜਿਗਰੇ ਵਾਲਾ ਦਮ ਵਾਲਾ ਬੰਦਾ ਚਾਹੀਦਾ, ਜੇਲ੍ਹਾਂ ਕੱਟੂਗਾ ਜੀ, ਮਾੜੇ ਬੰਦੇ ਨੂੰ ਤਾਂ ਕੁੱਟ ਕੇ ਡਰਾ ਕੇ ਧਮਕਾ ਕੇ ਉਹਨੂੰ ਬਲੈਕਮੇਲ ਕਰਦੇ ਆ, ਨੰਗਾ ਕਰਕੇ ਵੀਡੀਓ ਤੱਕ ਬਣਾਈ ਜਾਂਦੇ ਆ, ਉਹ ਗੱਲਾਂ ਆਪਣੇ ਸਾਹਮਣੇ ਆਈਆਂ ਹੀ ਆ ਜੀ। ਅੰਤ ਕੀ ਹੈ ਇਹਦਾ? ਬੜਾ ਵੱਡਾ ਸਵਾਲ ਹੈ ਇਹ ਕਿ ਇਸ ਦੁਨੀਆ ਦਾ ਅੰਤ ਕੀ ਹੈ? ਕੁਲਵੀਰ ਨਰੂਆਣਾ ਕੀ ਸੋਚਦੇ? ਨਹੀਂ, ਅਸੀਂ ਤਾਂ ਇਹੀ ਮੈਸੇਜ ਲਾਉਣਾ ਚਾਹੁੰਦੇ ਹਾਂ ਜੀ ਵੀ ਸਮਾਜਿਕ ਕੰਮਾਂ ਲਈ ਆਓ, ਜਿਹੜਾ ਕੋਈ ਆਪਾਂ ਅਪਰਾਧਿਕ ਗੱਲਾਂ ਗਈਆਂ ਛੱਡ ਕੇ ਕੋਈ ਚੰਗੇ ਪਾਸੇ ਆਓ, ਜੇ ਤੁਹਾਨੂੰ ਲੋਕ ਆਉਣ ਦਿੰਦੇ ਹੈ, ਜੇ ਤੁਹਾਡੇ ਗਰੁੱਪਬਾਜ਼ੀਆਂ ਕੋਈ ਤੁਹਾਡੇ ਤੁਹਾਨੂੰ ਸਹੀ ਸਿਸਟਮ 'ਚ ਰਹਿਣ ਦਿੰਦੇ ਆ। ਹੁਣ ਦੇਖੀਏ ਜੇ ਅਸੀਂ ਇੱਕ ਚੰਗੀ ਲਾਈਨ ਫੜੀ ਹੋਈ ਹੈ ਜੀ, ਜੇ ਹੁਣ ਸਾਡੇ ਕੋਈ ਅਪੋਜਿਟ ਗਰੁੱਪ ਕੋਈ ਸਾਡਾ ਨੁਕਸਾਨ ਕਰਨਗੇ, ਫਿਰ ਤੁਹਾਨੂੰ ਪਤਾ ਹੀ ਹੈ ਜੀ, ਫਿਰ ਬੰਦਾ ਆਪਦਾ ਸੈਲਫ ਡਿਫੈਂਸ ਤਾਂ ਕਰਦਾ ਹੀ ਹੈ ਜੀ, ਕੁਦਰਤੀ ਗੱਲ ਹੈ। ਖੈੜਾ ਛੁੱਟ ਜੂ ਅਸਲੇ ਤੋਂ? ਅਸੀਂ ਤਾਂ ਸੋਚਦੇ ਹਾਂ ਜੀ ਛੁੱਟਣਾ ਚਾਹੀਦਾ, ਪਰ ਬਾਕੀ ਦੇਖੋ ਐਂਟੀ ਛੱਡਣ ਦੇਣਗੇ? ਕੁਛ ਕਹਿ ਨਹੀਂ ਸਕਦੇ ਜੀ, ਉਹ ਤਾਂ ਉਹਨਾਂ ਦੀ ਸੋਚ ਹੈ ਜੀ। ਸਰਕਾਰਾਂ ਤੋਂ ਕੋਈ ਡਰ, ਪੁਲਿਸ ਤੋਂ ਕੋਈ ਡਰ? ਨਹੀਂ, ਕੋਈ ਪੁਲਿਸ ਤੋਂ ਕੋਈ ਡਰ, ਪ੍ਰਸ਼ਾਸਨ ਇਸ ਟਾਈਮ ਸਾਡਾ ਸਾਥ ਦਿੰਦਾ ਜੀ। ਜਦੋਂ ਬੰਦਾ ਕ੍ਰਾਈਮ ਦੀ ਦੁਨੀਆ ਛੱਡ ਕੇ ਆਪਦੀ ਇੱਕ ਨੰਬਰ ਦੀ ਜ਼ਿੰਦਗੀ ਜਿਉਣਾ ਚਾਹੁੰਦਾ, ਇਸ ਟਾਈਮ ਉਹ ਪ੍ਰਸ਼ਾਸਨ ਸਾਥ ਦਿੰਦਾ, ਪਰ ਸਾਡਾ ਦੇ ਰਿਹਾ ਵੀ ਸਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਇਸ ਟਾਈਮ ਕੋਈ ਕਿਸੇ ਗੱਲ ਦਾ। ਪਰ ਇਹ ਸੋਚ ਕੀ ਹੁੰਦੀ ਹੈ, ਨੰਬਰ 1 ਬਣਨ ਵਾਲੀ ਗੇਮ ਹੁੰਦੀ ਹੈ, ਤੁਹਾਡੀ ਗੱਲ ਨਹੀਂ ਕਰ ਰਿਹਾ, ਬਾਕੀ ਨੌਜਵਾਨਾਂ ਦੀ ਗੱਲ ਕਰ ਰਿਹਾ ਹੁੰਦਾ ਹੀ ਹੈ ਜੀ। ਮੈਂ ਤੁਹਾਨੂੰ ਦੱਸਿਆ ਪਹਿਲਾਂ ਛੋਟੀ ਜੰਗ ਉਮਰ ਹੁੰਦੀ ਹੈ, ਜੰਗ ਉਮਰ ਦੇ ਵਿੱਚ ਬੰਦੇ ਨੂੰ ਹੁੰਦਾ ਹੀ ਹੈ ਜੀ, ਹਰ ਇੱਕ ਨੂੰ ਹੁੰਦਾ ਹੈ,
ਜਿਹੜੇ ਆਪਣੇ ਆਪਾਂ ਗੱਲਾਂ ਕਰੀਏ ਵੀ ਪੰਜਾਬ ਦੇ ਵਿੱਚ ਜਿਵੇਂ ਗਰੁੱਪ ਬਣਦੇ ਆ, ਗਰੁੱਪ ਕਿਵੇਂ ਬਣਦੇ ਆ? ਪੰਜਾਬ ਦੇ ਵਿੱਚ ਦੋ ਚਾਰ ਗਰੁੱਪ ਹੈ ਜੀ। ਹਰ ਇੱਕ ਗਰੁੱਪ ਨੂੰ ਹੁੰਦਾ ਹੈ ਵੀ ਅਸੀਂ ਫਲਾਣੇ ਗਰੁੱਪ ਦੇ ਲੀਡਰ ਨੂੰ ਮਾਰ ਕੇ ਅਸੀਂ ਆਪਦਾ ਨਾਂ ਚਮਕਾਈਏ। ਉਹ ਗੱਲਾਂ ਦੇ ਤੁਹਾਡੇ ਸਾਹਮਣੇ ਹੀ ਹੈ ਜੀ। ਡਿੰਪੀ, ਰੌਕੀ, ਹੋਰ ਕਿੰਨੇ ਮੁੰਡੇ ਮਰ ਗਏ ਇਸ ਗੱਲਾਂ ਨੂੰ। ਇਹ ਗਰੁੱਪਬਾਜ਼ੀਆਂ ਦੇ ਬਣੀਆਂ ਤਾਂ ਇਹੀ ਗੱਲਾਂ ਦਾ ਨਤੀਜਾ ਉਹਨਾਂ ਇਸ ਆਪਾਂ ਦੇਖ ਰਹੇ ਹਾਂ ਵੀ ਸਾਹਮਣੇ ਹੀ ਹੈ। ਆਪਣੇ ਸਾਰੇ ਗੈਂਗਸਟਰ ਪਰਿਵਾਰ ਨਹੀਂ ਦੇਖਦੇ, ਇੱਕ ਨਜ਼ਰ ਪਿੱਛੇ ਨਹੀਂ ਮਾਰ ਕੇ ਦੇਖਦੇ? ਨਹੀਂ ਜੀ, ਅਸੀਂ ਤਾਂ ਪਰਿਵਾਰ ਵੇਖਦੇ ਹਾਂ, ਹੋਰਾਂ ਦਾ ਤਾਂ ਪਤਾ ਨਹੀਂ ਸਾਨੂੰ ਕੋਈ। ਜਦੋਂ ਪਰਿਵਾਰ ਦੇ ਵਿੱਚ ਜਾਂਦੇ ਹਾਂ ਜੀ, ਪਰਿਵਾਰ ਦਾ ਵਿੱਚ ਜਾ ਕੇ ਸਕੂਨ ਮਿਲਦਾ ਹੈ ਇਸ ਗੱਲ ਦਾ। ਪਰ ਆਪਾਂ ਤਾਂ ਇਹੀ ਗੱਲ ਦਾ ਆਪਾਂ ਮੈਸੇਜ ਲਾਉਂਦੇ ਹਾਂ ਵੀ ਤਕਰੀਬਨ ਇਸ ਗੱਲਾਂ ਨੂੰ, ਜੋ ਵੀ ਅਪਰਾਧਿਕ ਗੱਲਾਂ ਹੈ ਵੀ ਇਹਨਾਂ ਨੂੰ ਛੱਡ ਕੇ ਵੀ ਸਹੀ ਲਾਈਨ ਦੇ ਵਿੱਚ ਆਓ, ਤੁਹਾਡਾ ਪ੍ਰਸ਼ਾਸਨ ਵੀ ਸਾਥ ਦੇਊਗਾ, ਇਹੀ ਮੈਸੇਜ ਲਾਉਂਦੇ ਹਾਂ ਜੀ ਅਸੀਂ। ਜੋ ਅੱਜ ਕੱਲ੍ਹ ਦੀ ਜੰਗ ਮੁੰਡੇ ਹੈ, ਕੋਈ ਗਲਤ ਉਹਨਾਂ ਨੂੰ ਇੱਕ ਸੋਚ ਬਣ ਗਈ ਵੀ ਅਸੀਂ ਵੀ ਗੈਂਗਸਟਰ ਹੋਈਏ, ਸਾਡਾ ਵੀ ਨਾਂ ਹੋਵੇ, ਇਹ ਗੱਲਾਂ ਦਾ ਕੋਈ ਦਮ ਨਹੀਂ, ਇਹ ਤਾਂ ਫਜ਼ੂਲ ਗੱਲਾਂ ਜੀ। ਤੁਸੀਂ ਆਪ ਜਦੋਂ ਸਕੂਲ 'ਚ ਸੀਗੇ, ਜਦੋਂ ਤੁਹਾਡੀ ਲੜਾਈਆਂ ਸ਼ੁਰੂ ਹੋਈਆਂ, ਉਦੋਂ ਤੁਸੀਂ ਵੀ ਕਿਸੇ ਵੱਲ ਦੇਖਦੇ ਸੀ ਵੀ ਫਲਾਨਾ ਬੰਦਾ ਹੈ, ਇਹ ਹੈ, ਬੰਦਾ ਪ੍ਰਭਾਵਿਤ ਹੁੰਦਾ? ਇਹੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਅਸੀਂ ਜਦੋਂ ਜੰਗ ਅਸੀਂ ਸੀ, ਜਦੋਂ ਸਕੂਲ ਦੇ ਵਿੱਚ ਪਲੱਸ ਵਨ ਟੂ ਦੇ ਵਿੱਚ ਪਹਿਲੀ ਸਾਡੇ 'ਤੇ ਐੱਫ ਆਈ ਆਰ, ਪਲੱਸ ਵਨ ਟੂ ਦੇ ਵਿੱਚ ਪਲੱਸ ਵਨ ਪਲੱਸ ਟੂ ਦੇ ਵਿੱਚ ਐੱਫ ਆਈ ਆਰ ਹੋ ਗਈ ਸਾਡੇ 'ਤੇ, ਉਦੋਂ ਸਾਨੂੰ ਇੱਕ ਇਹੀ ਹੁੰਦਾ ਸੀ ਵੀ ਸਾਡਾ ਵੀ ਨਾਂ ਹੋਵੇ, ਲੋਕ ਸਾਨੂੰ ਜਾਣਨ। ਫਿਰ ਉਹ ਗੱਲਾਂ ਤਾਂ ਸਰ, ਜੋ ਪਹਿਲਾਂ ਕਦਮ ਚੱਕੇ ਹੋਏ ਆ ਫਿਰ ਵਾਪਸ ਨਹੀਂ ਆ ਸਕਦਾ ਇਸ ਵਿੱਚ। ਸੋਸ਼ਲ ਮੀਡੀਆ ਵਰਤਦੇ ਹੋ? ਨਹੀਂ ਜੀ, ਸੋਸ਼ਲ ਮੀਡੀਆ ਬਹੁਤ ਘੱਟ ਵਰਤਦੇ ਹਾਂ। ਜ਼ਿਆਦਾਤਰ ਅੱਜ ਕੱਲ੍ਹ ਕਹਿ ਰਹੇ ਆ ਕਿ ਗੈਂਗਸਟਰ ਸਾਰੇ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ, ਧਮਕੀਆਂ ਵੀ ਉੱਥੇ ਚੱਲਦੀਆਂ। ਦਿਲਪ੍ਰੀਤ ਬਾਬੇ ਦਾ ਹੋਇਆ ਜੋ ਹੋਇਆ, ਉਸ ਤੋਂ ਪਹਿਲਾਂ ਵੀ ਰੌਕੀ ਵੇਲੇ ਵੀ ਸੋਸ਼ਲ ਮੀਡੀਆ ਬਹੁਤ ਵਰਤਿਆ ਗਿਆ। ਲੋਕਾਂ ਨੂੰ ਲੋਕ ਦਿਖਾਵਾ ਨਾ ਕਰੋ ਨਾ, ਭੈਣ ਭੈਣ ਭੈਣਾਂ ਤਾਂ ਆਪਣੇ ਸਾਰਿਆਂ ਦੇ ਹੈ, ਕਿਸੇ ਨੂੰ ਆਪਾਂ ਭੈਣਾਂ ਦੀਆਂ ਗਾਲਾਂ ਦਿੰਦੇ ਹਾਂ, ਇਹ ਚੰਗੀਆਂ ਗੱਲਾਂ ਨਹੀਂ। ਮੈਂ ਨਹੀਂ ਸਮਝਦਾ ਵੀ ਕਿਸੇ ਨੂੰ ਜਨਤਕ ਹੋ ਕੇ ਗਾਲਾਂ ਕੱਢੋ ਜੇ ਪਰਿਵਾਰ ਨਹੀਂ ਹੈ। ਹਾਂ, ਪਰਿਵਾਰ ਇਹ ਆਪਾਂ ਇਹੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਹੈ, ਪਰਿਵਾਰ ਦਾ ਵਿੱਚ ਕੀ ਕਸੂਰ ਆ? ਪਰਿਵਾਰ ਨੂੰ ਵਿੱਚ ਨਾ ਲੈ ਕੇ ਆਓ, ਕਿਸੇ ਭੈਣ ਨੂੰ ਵਿੱਚ ਨਾ ਲੈ ਕੇ ਆਓ, ਕਿਸੇ ਭਰਾ ਨੂੰ ਵਿੱਚ ਨਾ ਲੈ ਕੇ ਆਓ, ਕਿਸੇ ਪਿਓ ਨੂੰ ਵਿੱਚ ਨਾ ਲੈ ਕੇ ਆਓ। ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ, ਤੁਸੀਂ ਸਿੱਧੀ ਦੁਸ਼ਮਣੀ ਕੱਢੋ। ਹਾਲਾਂਕਿ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਗਾਲਾਂ ਕੱਢਦੇ ਹਾਂ, ਭੈਣਾਂ ਦੀਆਂ ਗਾਲਾਂ ਕੱਢਦੇ ਹਾਂ, ਉਹ ਚੰਗੀਆਂ ਗੱਲਾਂ ਨਹੀਂ, ਮੈਂ ਨਹੀਂ ਚੰਗੀਆਂ ਸਮਝਦਾ। ਬਹੁਤ ਸਾਰੀਆਂ ਲੜਾਈਆਂ ਹੋਈਆਂ, ਪਰਚੇ ਹੋਏ ਆ, ਤੁਹਾਡੇ 'ਤੇ ਵੀ ਅਟੈਕ ਹੋਇਆ ਕੋਈ? ਇਹ ਅਟੈਕ ਦੋ ਤਿੰਨ ਵਾਰੀ ਹੋਇਆ ਜੀ। ਚਲੋ, ਸਾਡਾ ਆਪਦਾ ਸੈਲਫ ਡਿਫੈਂਸ ਤਾਂ ਸਾਡਾ ਵਿਚਾਰ ਰਿਹਾ ਜੀ, ਪਰ ਠੀਕ ਹੈ, ਬਸ ਠੀਕ ਹੈ। ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਦੁਨੀਆ ਦੇਖ ਰਹੀ ਹੈ ਤੁਹਾਨੂੰ, ਛਵੀ ਤੁਸੀਂ ਕਹਿ ਰਹੇ ਹੋ ਕਿ ਸੁਧਰ ਰਹੀ ਹੈ, ਸੁਧਾਰ ਰਹੇ ਹੋ, ਕੀ ਕਹਿਣਾ ਚਾਹੁੰਦੇ? ਬਸ ਇਹੀ ਮੈਸੇਜ ਲਾਉਣਾ ਚਾਹੁੰਦੇ ਹਾਂ ਜੀ, ਤੁਸੀਂ ਸਾਡੇ ਕੋਲ ਆਏ ਹੋ, ਤੁਸੀਂ ਸਾਨੂੰ ਗੈਂਗਸਟਰ ਸਮਝਦੇ ਹੋ, ਤੁਸੀਂ ਸਾਡੀ ਇੰਟਰਵਿਊ ਲੈਣ ਆਏ ਹੋ, ਪਰ ਅਸੀਂ ਸਮਾਜ ਲਈ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਹ ਗੈਂਗਸਟਰ ਵਾਲੇ ਆ, ਇਹ ਤਾਂ ਗੱਲਾਂ ਹੈਗੀਆਂ ਫਜ਼ੂਲ। ਕੋਈ ਤੁਸੀਂ ਰੀਅਲ ਹੀਰੋ ਬਣਨਾ ਚਾਹੁੰਦੇ ਹੋ, ਕੋਈ ਸਮਾਜ ਲਈ ਕੰਮ ਕਰਕੇ ਦਿਖਾਓ ਤੁਸੀਂ, ਫਿਰ ਤੁਸੀਂ ਰੀਅਲ ਲੋਕਾਂ ਦੇ ਹੀਰੋ ਬਣੋਗੇ। ਸਿਰਫ ਸੋਸ਼ਲ ਮੀਡੀਆ ਨਾਲ ਵੀ ਗੱਲ ਨਹੀਂ ਬਣਦੀ, ਮੀਡੀਆ 'ਤੇ ਫਾਲਤੂ ਗੱਲਾਂ ਹੈ। ਸੋਸ਼ਲ ਮੀਡੀਆ 'ਤੇ ਕੋਈ ਗਰੁੱਪਾਂ ਦਾ ਆਪਦਾ ਸ਼ੋਅ ਕਰੀ ਜਾਣਾ, ਸਾਡਾ ਫਲਾਨਾ ਗਰੁੱਪ ਹੈ, ਤਿਉਂਕਾ ਗਰੁੱਪ ਹੈ, ਉਹ ਗੱਲਾਂ ਫਾਲਤੂ ਗੱਲਾਂ, ਉਹ ਸੋਸ਼ਲ ਮੀਡੀਆ ਵਾਲੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਰਹਿ ਜਾਂਦੀਆਂ, ਉਹ ਗੱਲਾਂ ਫਾਲਤੂ ਹੈ, ਮੈਂ ਸਮਝਦਾ ਨਹੀਂ ਚੰਗੀਆਂ ਗੱਲਾਂ। ਕਿਸੇ ਨਾਲ ਜਬਰ ਹੋ ਰਿਹਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟੀ ਜਾਂਦੀ ਹੈ, ਤੁਸੀਂ ਕਹਿ ਕੇ ਕਈ ਦਹੇਜ ਦੀ ਮੰਗ ਕਰਦੇ ਆ, ਉਹਨਾਂ ਲੋਕਾਂ ਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ? ਹਾਂ, ਲੜ ਰਹੇ ਹਾਂ ਜੀ। ਕਾਨੂੰਨ ਚਾਹੇ ਨਹੀਂ ਇਨਸਾਫ ਦਿੰਦਾ, ਤੁਸੀਂ ਆਪਣੇ ਵੱਲੋਂ ਲੜਦੇ ਹੋ? ਕਾਨੂੰਨ ਸਾਥ ਸਾਡੇ ਕੋਲ ਉਦੋਂ ਹੀ ਆਉਂਦੇ ਆ ਜਦੋਂ ਕਾਨੂੰਨ ਤੋਂ ਗੱਲ ਬਾਹਰ ਹੋ ਜਾਂਦੀ ਹੈ। ਕੁਛ ਕੋਈ ਗਰੀਬ ਪਰਿਵਾਰ ਹੁੰਦਾ ਹੈ, ਕੋਈ ਇਹ ਨਹੀਂ ਕਹਿੰਦੇ ਵੀ ਅਸੀਂ ਕਾਨੂੰਨ ਕੰਮ ਨਹੀਂ ਕਰਦਾ, ਅਸੀਂ ਇਹ ਗੱਲ ਕਹਿੰਦੇ ਹਾਂ। ਕੋਈ ਗਰੀਬ ਪਰਿਵਾਰ ਹੁੰਦਾ ਹੈ, ਕੋਈ ਥਾਣੇ ਤੱਕ, ਕੋਈ ਐਸ ਪੀ ਤੱਕ, ਕੋਈ ਉਪ ਕਪਤਾਨ ਤੱਕ ਨਹੀਂ ਪਹੁੰਚ ਕਰ ਸਕਦਾ, ਪਰ ਉਹ ਕੀ ਕਰੇ ਫਿਰ? ਉਹ ਫਿਰ ਪੁੱਛ ਕੇ ਕੋਈ ਵੀ ਸਾਡਾ ਮਸਲੇ ਦਾ ਕੀ ਹੱਲ ਹੈ, ਫਿਰ ਉਹ ਸਾਡੇ ਕੋਲ ਆਉਂਦਾ ਹੈ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਹੈ, ਫਿਰ ਅਸੀਂ ਆਪਦਾ ਜੋ ਕੋਈ ਸਟੈਪ ਚੱਕਦੇ ਹਾਂ, ਅਸੀਂ ਪਰਿਵਾਰ ਦਾ ਸਾਥ ਕੱਢਦੇ ਹਾਂ, ਅਸੀਂ ਆਪਦੀ ਉਹ ਪਰਿਵਾਰਾਂ ਨੂੰ ਅਸੀਂ ਆਪਦੀਆਂ ਭੈਣਾਂ ਬਣਾ ਕੇ ਵਸਾਉਂਦੇ ਹਾਂ। ਇੱਕ ਮੁੰਡਿਆਂ ਨੂੰ ਵੀ ਅਪੀਲ ਹੈ ਕਿ ਮੋੜਾ ਹੈਗਾ, ਵਾਪਸ ਆਉਣ ਦਾ ਰਾਹ ਹੈ, ਤਾਂ ਆ ਜਾਓ ਮੁੜਿਆ, ਉਹ ਕੋਈ ਫਾਇਦਾ ਨਹੀਂ। ਹਾਂ, ਇਹੀ ਮੈਸੇਜ ਹੈ ਜੀ, ਵਾਪਸ ਆ ਜਾਓ, ਇਹਦਾ ਕੋਈ ਫਾਇਦਾ ਨਹੀਂ ਜੀ। ਅਗਲਾ ਇੰਟਰਵਿਊ ਤੁਸੀਂ ਕਹਿ ਕੇ ਅਸੀਂ ਤੁਹਾਨੂੰ ਗੈਂਗਸਟਰ ਕਹਿੰਦੇ ਹਾਂ, ਅਗਲਾ ਇੰਟਰਵਿਊ ਕੁਲਵੀਰ ਨਰੂਆਣਾ ਸਮਾਜ ਸੇਵੀ ਦੇ ਤੌਰ 'ਤੇ ਹੋਊਗਾ ਤੁਹਾਡਾ? ਹਾਂ, ਇਹੀ ਸਾਡੀ ਤਾਂ ਇਹੀ ਸੋਚ ਹੈ ਜੀ, ਬਾਕੀ ਤੁਸੀਂ ਦੇਖੋ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ, ਕੁਲਵੀਰ ਨਰੂਆਣਾ। ਜੁਰਮ ਦੀ ਦੁਨੀਆ ਦਾ ਅੰਤ ਕਹਿ ਰਹੇ ਹੈ ਕਿ ਮੋੜਾ ਹੈ, ਤਾਂ ਉਹ ਹੈ ਕਿ ਲੋਕਾਂ ਵਾਸਤੇ ਭਲਾ ਕਰੋ, ਸਮਾਜ ਦੀ ਸੇਵਾ ਕਰੋ, ਇਹੀ ਇਸ ਦਾ ਅੰਤ ਹੈ, ਲੋਕ ਭਲਾਈ ਕਰੋ। ਕਾਨੂੰਨ ਜੇ ਇਨਸਾਫ ਨਹੀਂ ਦਿੰਦਾ ਤਾਂ ਤੁਸੀਂ ਇਨਸਾਫ ਦਿਓ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਬਠਿੰਡਾ।
ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।